ਏਸੀ ਦੀ ਕੂਲਿੰਗ ਪੂਰੀ ਵਧੀਆ। ਬਾਹਰ ਦਿਖਾਵਾਂ ਆ ਦੇਖੋ ਜੀ ਰਜਿੰਦਰਾ ਹੋਸਪਿਟਲ ਦਾ ਏਟੀਐਮ ਦੇ ਅੰਦਰ ਦੇਖੋ ਲੈ ਰਹੇ 5 ਸਟਾਰ ਹੋਟਲ ਵਾਲੀ ਫੀਲਿੰਗ ਆ। ਕਹਿੰਦੇ ਗਰਮੀ ਲਈ ਪਹਾੜਾਂ ਤੇ ਜਾਣ ਦੀ ਕੀ ਲੋੜ, ਏਟੀਐਮ ਚ ਆ ਜਾਓ। ਤਾਂ ਦੇਖੋ ਇਹ ਤਸਵੀਰਾਂ, ਕਈ ਲੋਕ ਇਸ ਨੂੰ ਦੇਖ ਕੇ ਹੱਸ ਵੀ ਰਹੇ ਹੋਣਗੇ ਤੇ ਕਈਆਂ ਦੇ ਦਿਮਾਗ ਦੇ ਵਿੱਚ ਇਹ ਵੀ ਗੱਲ ਜ਼ਰੂਰ ਆਈ ਹੋਣੀ ਹੈ ਕਿ ਏਟੀਐਮ ਦੇ ਵਿੱਚ ਇਹ ਜਿਹੜੇ ਲੋਕ ਸੁੱਤੇ ਹੋਏ ਨੇ ਇਹ ਸ਼ਰਾਬੀ ਨੇ, ਸ਼ਰਾਬ ਪੀ ਕੇ ਗਰਮੀ ਲੱਗਦੀ ਹੈ ਅਤੇ ਇਹਨਾਂ ਨੇ ਤੋੜ ਕੱਢ ਲਿਆ। ਹੁਣ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਤੇ ਅਜਿਹਾ ਨਾ ਹੋ ਜਾਵੇ ਕਿ ਹਰੇਕ ਏਟੀਐਮ ਦੇ ਵਿੱਚ ਸ਼ਰਾਬੀ ਦਿਖਣ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਦੀਆਂ, ਜਿੱਥੋਂ ਦੇ ਏਟੀਐਮ ਦੇ ਅੰਦਰ ਕੁਝ ਸ਼ਰਾਬੀ ਸੁੱਤੇ ਹੋਏ ਸੀ। ਲੋਕ ਪੈਸੇ ਕਢਾਉਣ ਗਏ ਤਾਂ ਹੈਰਾਨ ਹੋ ਗਏ ਕਿ ਆਹ ਕੌਣ ਪਿਆ ਏ। ਲੋਕਾਂ ਨੂੰ ਲੱਗਿਆ ਕਿਤੇ ਚਿੱਟਾ ਚੁੱਟਾ ਪੀ ਕੇ ਤਾਂ ਨਹੀਂ ਪਏ ਹੋਏ। ਲੋਕ ਘਬਰਾ ਗਏ, ਲੋਕਾਂ ਨੇ ਸਿਕਿਉਰਿਟੀ ਗਾਰਡ ਨੂੰ ਬੁਲਾਇਆ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਤਿੰਨੇ ਤਾਂ ਸ਼ਰਾਬੀ ਨੇ, ਸ਼ਰਾਬ ਪੀ ਕੇ ਏਸੀ ਦੀ ਆਵਾਜ਼ ਸੁੱਤੇ ਸੀ, ਬਾਹਰ ਇਹਨਾਂ ਨੂੰ ਗਰਮੀ ਲੱਗ ਰਹੀ ਸੀ। ਤਾਂ ਪਟਿਆਲਾ ਦੇ ਰਜਿੰਦਰ ਹਸਪਤਾਲ ਦੀਆਂ ਇਹ ਤਸਵੀਰਾਂ ਜਿੱਥੇ ਏਸੀ ਦੇ ਨੀਚੇ ਆਰਾਮ ਕਰ ਰਹੇ ਇਹ ਸ਼ਰਾਬੀ, ਜਦ ਪੈਸੇ ਕਢਾਉਣ ਲਈ ਏਟੀਐਮ ਦੇ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰ ਆਉਂਦੇ ਨੇ ਤਾਂ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਸ਼ਰਾਬੀਆਂ ਦਾ ਕਹਿਣਾ ਹੈ ਕਿ ਗਰਮੀ ਤੋਂ ਬਚਣ ਲਈ ਲੋਕ ਪਹਾੜਾਂ ਵੱਲ ਜਾਂਦੇ ਨੇ, ਅਸੀਂ ਏਟੀਐਮ ਵੱਲ ਆ ਗਏ। ਤਾਂ ਗਰਮੀ ਹੈ ਹੀ ਬਹੁਤ, ਲੋਕ ਕੋਈ ਨਾ ਕੋਈ ਹੱਲ ਲੱਭ ਲੈਂਦੇ ਨੇ ਗਰਮੀ ਤੋਂ ਰਾਹਤ ਪਾਉਣ ਲਈ। ਤੁਹਾਡਾ ਕੀ ਕਹਿਣਾ ਹੈ ਕਿ ਇਹਨਾਂ ਸ਼ਰਾਬੀਆਂ ਨੇ ਠੀਕ ਕੀਤਾ ਜਾਂ ਫਿਰ ਇੰਜ ਕਰ ਰਹੇ ਸੀ ਤਾਂ ਕਿਸੇ ਨੇ ਰੋਕਿਆ ਕਿਉਂ ਨਹੀਂ ਇਹਨਾਂ ਨੂੰ? ਕਮੈਂਟ ਕਰਕੇ ਜ਼ਰੂਰ ਦੱਸਿਓ। ਦੇਖੋ ਜੀ ਰਜਿੰਦਰਾ ਹੋਸਪਿਟਲ ਦਾ ਏਟੀਐਮ ਦੇ ਅੰਦਰ ਦੇਖੋ ਕੈਮਰੇ ਲੱਗੇ ਨੇ, ਕੋਈ ਪਰਵਾਹ ਨਹੀਂ। ਲੈ ਰਹੇ 5 ਸਟਾਰ ਹੋਟਲ ਵਾਲੀ ਫੀਲਿੰਗ ਆ। ਕਹਿੰਦੇ ਗਰਮੀ ਲਈ ਪਹਾੜਾਂ ਤੇ ਜਾਣ ਦੀ ਕੀ ਲੋੜ, ਏਟੀਐਮ ਚ ਆ ਜਾਓ। ਤਾਂ ਦੇਖੋ ਇਹ ਤਸਵੀਰਾਂ, ਕਈ ਲੋਕ ਇਸ ਨੂੰ ਦੇਖ ਕੇ ਹੱਸ ਵੀ ਰਹੇ ਹੋਣਗੇ ਤੇ ਕਈਆਂ ਦੇ ਦਿਮਾਗ ਦੇ ਵਿੱਚ ਇਹ ਵੀ ਗੱਲ ਜ਼ਰੂਰ ਆਈ ਹੋਣੀ ਹੈ ਕਿ ਏਟੀਐਮ ਦੇ ਵਿੱਚ ਇਹ ਜਿਹੜੇ ਲੋਕ ਸੁੱਤੇ ਹੋਏ ਨੇ ਇਹ ਸ਼ਰਾਬੀ ਨੇ, ਸ਼ਰਾਬ ਪੀ ਕੇ ਗਰਮੀ ਲੱਗਦੀ ਹੈ ਅਤੇ ਇਹਨਾਂ ਨੇ ਤੋੜ ਕੱਢ ਲਿਆ। ਹੁਣ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਤੇ ਅਜਿਹਾ ਨਾ ਹੋ ਜਾਵੇ ਕਿ ਹਰੇਕ ਏਟੀਐਮ ਦੇ ਵਿੱਚ ਸ਼ਰਾਬੀ ਦਿਖਣ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਦੀਆਂ, ਜਿੱਥੋਂ ਦੇ ਏਟੀਐਮ ਦੇ ਅੰਦਰ ਕੁਝ ਸ਼ਰਾਬੀ ਸੁੱਤੇ ਹੋਏ ਸੀ। ਲੋਕ ਪੈਸੇ ਕਢਾਉਣ ਗਏ ਤਾਂ ਹੈਰਾਨ ਹੋ ਗਏ ਕਿ ਆਹ ਕੌਣ ਪਿਆ ਏ। ਲੋਕਾਂ ਨੂੰ ਲੱਗਿਆ ਕਿਤੇ ਚਿੱਟਾ ਚੁੱਟਾ ਪੀ ਕੇ ਤਾਂ ਨਹੀਂ ਪਏ ਹੋਏ। ਲੋਕ ਘਬਰਾ ਗਏ, ਲੋਕਾਂ ਨੇ ਸਿਕਿਉਰਿਟੀ ਗਾਰਡ ਨੂੰ ਬੁਲਾਇਆ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਤਿੰਨੇ ਤਾਂ ਸ਼ਰਾਬੀ ਨੇ, ਸ਼ਰਾਬ ਪੀ ਕੇ ਏਸੀ ਦੀ ਆਵਾਜ਼ ਸੁੱਤੇ ਸੀ, ਬਾਹਰ ਇਹਨਾਂ ਨੂੰ ਗਰਮੀ ਲੱਗ ਰਹੀ ਸੀ। ਤਾਂ ਪਟਿਆਲਾ ਦੇ ਰਜਿੰਦਰ ਹਸਪਤਾਲ ਦੀਆਂ ਇਹ ਤਸਵੀਰਾਂ ਜਿੱਥੇ ਏਸੀ ਦੇ ਨੀਚੇ ਆਰਾਮ ਕਰ ਰਹੇ ਇਹ ਸ਼ਰਾਬੀ, ਜਦ ਪੈਸੇ ਕਢਾਉਣ ਲਈ ਏਟੀਐਮ ਦੇ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰ ਆਉਂਦੇ ਨੇ ਤਾਂ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਸ਼ਰਾਬੀਆਂ ਦਾ ਕਹਿਣਾ ਹੈ ਕਿ ਗਰਮੀ ਤੋਂ ਬਚਣ ਲਈ ਲੋਕ ਪਹਾੜਾਂ ਵੱਲ ਜਾਂਦੇ ਨੇ, ਅਸੀਂ ਏਟੀਐਮ ਵੱਲ ਆ ਗਏ। ਤਾਂ ਗਰਮੀ ਹੈ ਹੀ ਬਹੁਤ, ਲੋਕ ਕੋਈ ਨਾ ਕੋਈ ਹੱਲ ਲੱਭ ਲੈਂਦੇ ਨੇ ਗਰਮੀ ਤੋਂ ਰਾਹਤ ਪਾਉਣ ਲਈ। ਤੁਹਾਡਾ ਕੀ ਕਹਿਣਾ ਹੈ ਕਿ ਇਹਨਾਂ ਸ਼ਰਾਬੀਆਂ ਨੇ ਠੀਕ ਕੀਤਾ ਜਾਂ ਫਿਰ ਇੰਜ ਕਰ ਰਹੇ ਸੀ ਤਾਂ ਕਿਸੇ ਨੇ ਰੋਕਿਆ ਕਿਉਂ ਨਹੀਂ ਇਹਨਾਂ ਨੂੰ? ਕਮੈਂਟ ਕਰਕੇ ਜ਼ਰੂਰ ਦੱਸਿਓ।